ਲੱਖਾਂ ਸਿਫਤਾਂ ਲੱਖਾਂ ਸਿਫਤਾਂ ਲੱਖਾਂ ਸਿਫਤਾਂ ਨੇ ਮੇਰੇ ਯਸੂ ਦੀਆਂ ਲੱਖਾਂ ਸਿਫਤਾਂ ਸਿਫਤਾਂ ਨੇ ਮੇਰੇ ਯਸੂ ਦੀਆਂ ਆਈਏ ਤਾਲੀ ਕੇ ਸਾਥ ਉਸਕੀ ਹਮ ਕਰੇਂਗੇ ਸਿਫਤਾਂ ਮੇਰੇ ਯਸੂ ਦੀਆਂ ਮੈਂ ਨਹੀਂ ਕਹੂੰਗਾ ਆਪ ਸਭ ਮਿਲਕਰ ਕਹੇਂਗੇ ਆਜ ਦਿਖਾਏਂਗੇ ਜਿੱਥੇ ਲੋਕੋ ਕੋ ਖੁਦਾ ਨੇ ਆਵਾਜ਼ ਦੀ ਹੈ ਮੇਰੇ ਖਿਆਲ ਮੇਂ ਸਭ ਤੋਂ ਆਵਾਜ਼ ਖੁਦਾ ਨੇ ਦੀ ਹੈ ਸੋ ਆਈਏ ਆਵਾਜ਼ ਬੁਲੰਦ ਕਰੇਂਗੇ ਮੇਰੇ ਲਈ ਨਹੀਂ ਬਲਕਿ ਕਿਸਕੇ ਲਈ ਯਸੂ ਕੇ ਲਈ ਜਿਸਕੀ ਸਿਫਤੇ ਬੇਸ਼ੁਮਾਰ ਹੈ ਉਹ ਲੱਖਾਂ ਸਿਫਤਾਂ ਮੇਰੇ ਯਸੂ ਦਾ ਨਾਮ ਸਭ ਲੇਂਗੇ ਲੱਖਾਂ ਸਿਫਤਾਂ ਮੇਰੇ ਆਪ ਕਹੇਂਗੇ ਯਸੂ ਦੀਆਂ ਉਹ ਲੱਖਾਂ ਸਿਫਤਾਂ ਮੇਰੇ ਯਸੂ ਦੀ ਆਪਕੀ ਵਾਰੀ ਹੈ ਉਹ ਲੱਖਾਂ ਸਿਫਤਾਂ ਮੇਰੇ ਉਹ ਮੇਰੇ ਯਸੂ ਜਿਹਾ ਕੋਈ ਨਹੀਂ ਹੋਣਾ ਮੇਰੇ ਯਸੂ ਜਿਹਾ ਕੋਈ ਨਹੀਂ ਹੋਣਾ ਲੱਖਾਂ ਸਿਫਤਾਂ ਮੇਰੇ ਉਹ ਲੱਖਾਂ ਸਿਫਤਾਂ ਮੇਰੇ ਯਸੂ ਦੀਆਂ 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 ਉਹ ਲੱਖਾਂ ਸਿਫਤਾਂ ਮੇਰੇ ਯਸੂ ਦੀਆਂ ਲੱਖਾਂ ਸਿਫਤਾਂ ਮੇਰੇ ਯਸੂ ਦੀਆਂ ਲੱਖਾਂ ਸਿਫਤਾਂ ਮੇਰੇ ਉਹ ਲੱਖਾਂ ਸਿਫਤਾਂ ਮੇਰੇ ਯਸੂ ਦੀਆਂ ਯਸੂ ਦੁਆਵਾਂ ਦੇਂਦਾ ਆਪ ਸ਼ਿਫਾਵਾਂ ਸੁਣਦਾ ਯਸੂ ਦੁਆਵਾਂ ਦੇਂਦਾ ਆਪ ਸ਼ਿਫਾਵਾਂ ਪਾਣੀਆਂ ਉੱਤੇ ਚੱਲਦਾ ਯਸੂ ਪਾਣੀਆਂ ਉੱਤੇ ਚੱਲਦਾ ਯਸੂ ਮੁਰਦੇ ਜ਼ਿੰਦਾ ਕਰਦਾ ਯਸੂ ਮੁਰਦੇ ਜ਼ਿੰਦਾ ਕਰਦਾ ਯਸੂ ਮਿੱਟੀ ਦੇ ਮੈਨ ਬਣਾਵੇ ਮੈਨ ਬਣਾਵੇ ਮਿੱਟੀ ਦੇ ਮੈਨ ਬਣਾਵੇ ਯਸੂ ਜਿਤਨੀ ਸਿੱਖੇ ਔਰ ਆਵਾਜ਼ ਬਹੁਤ ਕਮ ਹੈ ਭਾਈਓ ਦੀ ਤਰਫ ਸੇ ਆਵਾਜ਼ ਬਿਲਕੁਲ ਨਹੀਂ ਹੈ ਜਿਤਨੇ ਬਜ਼ੁਰਗ ਭਾਈ ਬਹਿਨੇ ਸਭ ਮਿਲ ਕੇ ਕਹੇਂਗੇ ਆਈਏ ਯਸੂ ਕੀ ਤਾਰੀਫ ਕਰੇਂਗੇ ਜਿਸ ਕੇ ਲਈ ਹਮ ਯਾਦ ਜਮਾ ਹੈ ਉਹ ਲੱਖਾਂ ਸਿਫਤਾਂ ਮੇਰੇ ਉਹ ਲੱਖਾਂ ਸਿਫਤਾਂ ਰੱਬ ਵਾਸੇ ਆਪੀ ਸਿਫਤਾਂ ਮੇਰੇ ਉਹ ਲੱਖਾਂ ਸਿਫਤਾਂ ਮੇਰੇ ਮੇਰੇ ਯਸੂ ਜਿਹਾ ਕੋਈ ਨਹੀਂ ਹੋਣਾ ਮੇਰੇ ਯਸੂ ਜਿਹਾ ਕੋਈ ਨਹੀਂ ਹੋਣਾ ਲੱਖਾਂ ਸਿਫਤਾਂ ਮੇਰੇ ਯਸੂ
सुधिया लखा सी पुता ने मेरे ये सुधिया लखा सी पुता ने मेरे ये सुधिया लखा सी पुता ने मेरे ये सुधिया लखा सी पुता ने मेरे ओ लखा सी पुता ने मेरे ये सुधिया सुन यसु दुआवा सुन यसु दुआवा सुन यसु सुन यसु दुआवा आ खुशी पावा सुनदा यसु दुआवा सेंदा आ खुशी पावा मिट्टी दे नल मिट्टी हो मिट्टी दे नल मिट्टी होए पक्का मेरा गला काफी खराब है लेकिन मैं प्रस्तुति कर रहा हूँ और आप आपका गला हो सकता है मुझसे ठीक हो क्योंकि हम तो रोज गाते रहते हैं इसलिए गले की वो हालत नहीं रहती है डेली कहीं ना कहीं प्रस्तुति करते हैं तो मैं चाहूंगा कि हम सब इसकी प्रस्तुति करें ओ लखा सी पुता ने मेरे ओ लखा सी पुता ने मेरे लखा सी पुता ने मेरे ये सुधिया लखा सी पुता ने मेरे ये सुधिया लखा सी पुता ने मेरे ये सुधिया मुझे बाद में मौका मिलेगा मैं प्रस्तुति करूंगा थोड़ी गले को रेस्ट चाहिए क्योंकि ये बहुत ज्यादा यूज होने की वजह से ऐसा हो जाता है।